ਦੇਖੋ ਜੋ ਹਾਰਿਆ ਹੋਇਆ ਉਹਨੂੰ ਤਾਂ ਮੰਤਰੀ ਲਾਤਾ, ਜਿਹੜਾ ਜਿੱਤਿਆ ਹੋਇਆ ਉਹਨੂੰ ਓਥ ਵੀ ਨਹੀਂ ਚੁਕਾਉਂਦੇ। ਤਲਬਜੀਤ ਸਿੰਘ ਜੀ ਕੈਸੇ ਚੁਣਾਵ ਜਿੱਤੇ ਹੈ, ਕਿਸ ਕੀ ਸਪੋਰਟ ਸੇ ਜਿੱਤੇ ਹੈ? ਮੈਂ ਸਿੱਖ ਕੌਮ ਕੀ ਸਪੋਰਟ ਸੇ ਹੀ ਚੁਣਾਵ ਜਿੱਤਾ। ਇੰਦਰਾ ਗਾਂਧੀ ਕਾ ਜਬ ਅਸੈਸ਼ਨ ਹੁਆ ਥਾ ਤੋ ਉਸਮੇ ਬੇਅੰਤ ਸਿੰਘ ਜੀ ਜੋ ਆਪਕੇ ਪਿਤਾ ਜੀ ਹੈ ਵੋ ਮੁਖਿਆ ਰੂਪ ਸੇ ਥੇ ਔਰ ਆਪ ਉਨਕੇ ਬੇਟੇ ਹੈ ਔਰ ਆਪ ਜਨਤਾ ਜਨਾਰਦਨ ਸੇ ਚੁਣ ਕਰ ਆਏ ਹੈ, ਯੇ ਬਾਤ ਲੋਗੋ ਕਾਫੀ ਲੋਗ ਹੈ ਜਿਨ੍ਹੇ ਨਹੀਂ ਪਤਾ, ਪੰਜਾਬ ਕੇ ਲੋਗੋ ਕੋ ਪਤਾ ਹੈ, ਠੀਕ ਹੈ, ਪਰ ਬਾਕੀ ਲੋਗ ਨਹੀਂ ਜਾਣਦੇ। ਆਪ ਆਪਣੇ ਜੋ ਪਿੰਡ ਕੇ ਲੋਗ ਹੈ, ਸੰਸਦੀ ਖੇਤਰ ਕੇ ਜੋ ਲੋਗ ਹੈ, ਉਨਕੇ ਬੀਚ ਮੇ ਖੀਰੋ ਹੈ, ਕਿਸ ਤਰੀਕੇ ਸੇ ਦੇਖਤੇ ਹੈ? ਸਰਬਜੀਤ ਸਿੰਘ ਜੀ, ਆਪ ਔਰ ਅੰਮ੍ਰਿਤਪਾਲ ਦੋ ਵਿਅਕਤੀ ਐਸੇ ਰਹੇ ਇਸ ਬਾਰ ਜਿਨ੍ਹਾਂ ਇੰਡੀਪੈਂਡੈਂਟ ਚੁਣਾਵ ਜਿੱਤਾ ਔਰ ਜਨਤਾ ਜਨਾਰਦਨ ਕਾ ਪੂਰਾ ਸਮਰਥਨ ਉਨਕੋ ਮਿਲਾ। ਅਬ ਮੌਕਾ ਹੈ ਜੋ ਵਾਅਦੇ ਆਪਨੇ ਕੀਏ ਉਹਨੇ ਪੂਰਾ ਕਰਨੇ ਕਾ। ਹਾਂਜੀ, ਪਹਿਲੇ ਤੋਂ ਮੈਂ ਆਪਣੇ ਹਲਕੇ ਵਾਲੇ ਫਰੀਦਕੋਟ ਵਾਸੀਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ 'ਤੇ ਭਰੋਸਾ ਜਿਤਾਇਆ ਅਤੇ ਮੈਂ ਵੀ ਵਿਸ਼ਵਾਸ ਦਿਵਾਉਂਦਾ ਕਿ ਉਹਨਾਂ ਦੀਆਂ ਆਸਾਂ 'ਤੇ ਖਰਾ ਉਤਰੂੰਗਾ। ਕਿਆ ਕੁਛ ਕਰਨਾ ਚਾਹੇਂਗੇ ਪੰਜਾਬ ਕੀ ਜਨਤਾ ਕੇ ਲਈ? ਪਹਿਲੇ ਤੋਂ ਜੀ ਹਮਾਰੇ ਤਿੰਨ ਚਾਰ ਮੁੱਦੇ ਹੈ ਹੌਟ ਪੇ। ਇੱਕ ਤੋਂ ਹੈ ਕਿਸਾਨੋ ਕੀ MSP ਕਾ ਬਿੱਲ ਪਾਸ ਹੋ, ਦੂਸਰਾ ਹੈ ਪੰਜਾਬ ਮੇਂ ਨਸ਼ੋਂ ਕਾ, ਤੀਸਰਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਜੋ ਬੇਅਦਬੀ ਹੋਈ ਹੈ ਨਾ ਉਸਮੇਂ ਜੋ ਸਜ਼ਾ ਹੈ ਸੈਂਟੈਂਸ ਹੈ ਵੋ ਕਮ ਹੈ, ਮਤਲਬ 3 ਸਾਲ ਕਾ ਹੈ, ਤੋ 3 ਸਾਲ ਕੇ ਸੈਂਟੈਂਸ ਮੇਂ ਤੋ ਅਗਰ ਲੋਅਰ ਕੋਰਟ ਸੈਂਟੈਂਸ ਦੇਤੀ ਹੈ ਮਤਲਬ ਸਜ਼ਾ ਸੁਣਾਤੀ ਹੈ ਤੋ ਹਾਈ ਕੋਰਟ ਮੇਂ ਜਮਾਨਤ ਹੋ ਜਾਤੀ ਹੈ, ਐਟਲੀਸਟ ਉਸਕਾ ਲਾਈਫ ਇੰਪ੍ਰਿਜ਼ਨਮੈਂਟ ਹੋ ਕਿ ਜੋ 5-7 ਸਾਲ ਬੇਲ ਨਾ ਹੋ। ਔਰ ਚੌਥਾ ਹੈ ਜੀ ਹਮਾਰਾ ਜੀ ਜੋ ਬੰਦੀ ਸਿੰਘ ਹੈ, ਇਨਕੋ ਤੋ ਬਹੁਤ ਮਤਲਬ ਦੇਖੋ ਕਈ ਕਈ ਸਾਲ ਨਿਕਲ ਗਏ ਹੈ, ਸਜ਼ਾ ਪੂਰੀ ਹੋਈ ਹੋਏ ਹੈ ਨਾ, ਫਿਰ ਵੀ ਛੋੜਾ ਨਹੀਂ ਜਾ ਰਿਹਾ, ਇਹ ਬਹੁਤ ਗਲਤ ਬਾਤ ਹੈ। ਇਸਕੇ ਇਲਾਵਾ ਅਗਰ ਮੈਂ ਆਪਸੇ ਸਵਾਲ ਪੁੱਛੂੰ ਕਿ ਜਿਸ ਤਰੀਕੇ ਸੇ ਹਮੇਸ਼ਾ ਆਪ ਪਰ ਕਈ ਇਲਜ਼ਾਮ ਲਗਤੇ ਆਏ ਹੈ ਕਿ ਤਮਾਮ ਚੀਜ਼ੋਂ ਕਾ ਆਪ ਸਮਰਥਨ ਕਰਤੇ ਆਏ ਹੈ ਔਰ ਮਗਰ ਜਨਤਾ ਨੇ ਆਪਕੋ ਜਿਤਾਇਆ ਹੈ, ਸਵਾਲ ਇਹ ਵੀ ਹੈ ਕਿ ਅੰਮ੍ਰਿਤਪਾਲ ਕਬ ਸ਼ਪਥ ਲੈਣੇ ਆਏਗੇ, ਉਨਕੇ ਲਈ ਕਿ ਆਪ ਕੁਛ ਬਾਤ ਰੱਖ ਰਹੇ ਹੈ, ਕੋਸ਼ਿਸ਼ ਕਰ ਰਹੇ ਕਿ ਆਪ ਰੱਖੇ ਉਨਕੀ ਬਾਤ? ਮੇਰੀ ਜੀ ਦੱਤਾ ਜੀ ਨਾਲ ਗੱਲ ਹੋਈ ਸੀ ਮੇਰੀ ਪਾਰਲੀਮੈਂਟ ਦੇ ਵਿੱਚ ਕੱਲ੍ਹ, ਮੈਂ ਉਹਨਾਂ ਨੂੰ ਮਿਲਿਆ ਸੀ, ਉਹਨਾਂ ਨੇ ਮੈਨੂੰ ਟਾਈਮ ਦਿੱਤਾ, ਮੈਂ ਉਹਨਾਂ ਨੂੰ ਕਿਹਾ ਸੀ ਵੀ ਅੰਮ੍ਰਿਤਪਾਲ ਦੇ ਪੇਰੈਂਟਸ ਤੁਹਾਨੂੰ ਮਿਲਣਾ ਚਾਹੁੰਦੇ ਆ, ਸਪੀਕਰ ਨੂੰ ਸੋਰੀ, ਅਤੇ ਉਹ ਕਹਿੰਦੇ ਸੀ ਵੀ ਬੁਲਾ ਲਓ ਤੁਸੀਂ, ਮਤਲਬ ਹੁਣ ਅੱਜ ਉਹ ਆਉਣਗੇ ਅਤੇ ਕੱਲ੍ਹ ਨੂੰ ਮੈਂ 3 ਤਰੀਕ ਨੂੰ ਉਹਨਾਂ ਨੂੰ ਮਿਲਾਊਂਗਾ, ਕਿਉਂਕਿ ਉਹਨਾਂ ਨੇ ਕਿਹਾ ਵੀ ਅੱਜ ਤੁਹਾਨੂੰ ਤੁਸੀਂ ਬੁਲਾ ਲਓ, ਅੱਜ ਸ਼ਾਮੀ ਤੁਹਾਨੂੰ ਅਸੀਂ ਟਾਈਮ ਦੇ ਦਾਂਗੇ ਅਤੇ ਤੁਸੀਂ ਪਰਸੋਂ ਨੂੰ ਉਸ ਟਾਈਮ ਲੈ ਆਇਓ, ਮਤਲਬ ਹੁਣ ਅੱਜ ਉਹ ਮੈਨੂੰ ਟਾਈਮ ਦੇ ਦੇਣਗੇ ਫੋਨ 'ਤੇ। ਅਤੇ ਵੈਸੇ ਤਾਂ ਮੈਂ ਪਾਰਲੀਮੈਂਟ ਜਾਣਾ ਵੀ ਹੈ, ਮੈਂ ਮਿਲ ਵੀ ਲਊਂਗਾ ਦੁਬਾਰਾ, ਅਤੇ ਸ਼ਾਮੀ ਨਹੀਂ ਤਾਂ ਉਹ ਟਾਈਮ ਦੇ ਦੇਣਗੇ ਅਤੇ ਮੈਂ ਫਿਰ ਪਰਸੋਂ ਮੈਨੂੰ ਮਤਲਬ ਫਾਈਨਲ ਹੋ ਜਾਏਗਾ ਕਦੋਂ ਮਿਲਣਾ। ਪਾਰਲੀਮੈਂਟ ਮੈਂ ਸਪੀਕਰ ਸਾਹਿਬ ਸੇ ਮਿਲਕਰ ਅਰਜੀ ਲਗਾਏਗਾ ਕਿ ਭਾਈ ਉਨਕੋ ਵੀ ਆਉਣਾ ਚਾਹੀਏ, ਸ਼ਪਥ ਲੈਣਾ ਚਾਹੀਏ, ਜੈਸੇ ਅਨਯ ਸਾਂਸਦੋਂ ਨੇ ਸ਼ਪਥ ਲੀ ਹੈ। ਉਹ ਤਾਂ ਹੈ ਹੀ ਹੈ ਨਾ ਜੀ, ਦੇਖੋ ਜੋ ਹਾਰਿਆ ਹੋਇਆ ਉਹਨੂੰ ਤਾਂ ਮੰਤਰੀ ਲਾਤਾ, ਜਿਹੜਾ ਜਿੱਤਿਆ ਹੋਇਆ ਉਹਨੂੰ ਓਥ ਵੀ ਨਹੀਂ ਚੁਕਾਉਂਦੇ, ਅਤੇ ਇਹ ਗਲਤ ਹੈ ਨਾ ਗੱਲ, ਮਤਲਬ ਤਾਂ ਹੀ ਤਾਂ ਜਿਹੜੇ ਘੱਟ ਗਿਣਤੀ ਹੈ ਉਹ ਕਹਿੰਦੇ ਆ ਵੀ ਸਾਡੇ ਨਾਲ ਇਨਸਾਫ ਨਹੀਂ ਹੁੰਦਾ, ਤਾਂ ਹੀ ਤਾਂ ਕਹਿੰਦੇ ਆ।
एक सवाल ये कि जिस तरीके से आप जब चुनाव लड़ रहे थे तो बहुत कंट्रोवर्सी क्रिएट हुई कि भाई आपके पास पैसे बाहर से आ रहे हैं और ये तमाम चीजें उठाई गई। सरबजीत सिंह जी कैसे चुनाव जीतते हैं, किसकी सपोर्ट से जीतते हैं? मैं सिख कौम की सपोर्ट से ही चुनाव जीतता हूँ। देखो आप मेरा बैलेंस देख लो, बैंक बैलेंस जो मैंने उसमें अपना डिक्लेयर किया था ये कागजों में, उसमें मेरे पास कोई बैंक बैलेंस नहीं है। तो मैंने आपको शायद एक वीडियो भी देखी होगी कि जिसमें मैंने सिख कौम को अपील की थी कि आप मुझे भी, मैंने इलेक्शन लड़ना है तो मेरी मदद की जाए। मैंने उसमें अपना नंबर भी क्लियर दिया था। तो इतनी मदद की है, इतनी मदद की है, आप सोच नहीं सकते। मुझे मतलब ना इंडिपेंडेंट लड़ने का बहुत फायदा हो गया, बहुत मतलब मुझे इतना लोगों ने प्यार दिया। मैं जीता भी इंडिपेंडेंट करके ही हूं, ये भी मैं आपको बता दूं, अगर किसी पार्टी की तरफ से होता तो मैं कभी नहीं जीतता था। दुनिया को ये बात नहीं पता और मेरा माध्यम यही है कि कई लोग ऐसे जो नहीं जानते कि इंदिरा गांधी का जब एसोसिएशन हुआ था तो उसमें बेन सिंह जी जो आपके पिताजी हैं वो मुख्य रूप से थे और आप उनके बेटे हैं और आप जनता जनार्दन से चुनकर आए हैं। ये बात लोगों, काफी लोग हैं जिन्हें नहीं पता, पंजाब के लोगों को पता है, ठीक है, पर बाकी लोग नहीं जानते। आप अपने जो पिंड के लोग हैं, संसदीय क्षेत्र के जो लोग हैं, उनके बीच में एक हीरो है, उसके उनके बीच में हीरो है। हाँ जी, तो वो तो है ही है जी, जो उनके बीच में क्या, जितनी भी सिख कौम है विश्व भर में, जो देखो जेड़ा बंदा था अकाल तख्त साहब नूं नतमस्तक हुंदा है, अकाल तख्त साहब दे अगे सिर झुकाउंदा है, उह साडे फादर साहब दी 100% रिस्पैक्ट करदा है। ते जेड़ा मतलब अकाल तख्त साहब नूं मानदा ही नहीं, जेड़ा मतलब श्री दरबार साहब नूं ही नहीं मानदा, उहनां फिर सानूं तां की मनणा है? मतलब मैनूं नहीं, फादर साहब नूं तां की रिगार्ड देणा है उहनां? ये जो कुछ भी हुआ उस समय तो एक काफी बड़ा ये एक अपराध हुआ था, हमारे देश की प्रधानमंत्री हमारे बीच से चली गई थी। कई लोग इसकी तारीफ करते पंजाब में नजर आ जाएंगे, मगर अन्य राज्यों में तो इसकी तारीफ कोई नहीं करते नजर आएगा। नहीं करते हैं जी, देखो एक्चुअली ना जो अन्य राज्यों के लोग हैं, बाकी जेडे स्टेटा दे लोग हैं, इन्हां दे विच ना जेड़ा संत भिंडरा वाले है ਉਹਨਾਂ ਨੂੰ ਨਾ ਐਜ਼ ਅ ਕ੍ਰਿਮੀਨਲ ਫਰੇਮ ਕੀਤਾ ਹੋਇਆ ਹੈ, ਮਤਲਬ ਲੋਕਾਂ ਦੇ ਅੱਗੇ ਸ਼ੋਅ ਕੀਤਾ ਵੀ ਇਹ ਕ੍ਰਿਮੀਨਲ ਸੀ। ਤੁਹਾਨੂੰ ਪਤਾ ਵੀ ਸੰਤ ਭਿੰਡਰਾਂ ਵਾਲਿਆਂ ਤੇ ਇੱਕ ਵੀ FIR ਨਹੀਂ ਸੀ। ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੈ ਉਸ ਦਿਨ ਇੱਕ FIR ਹੋਈ ਹੈ ਉਹਨਾਂ ਦੇ ਖਿਲਾਫ, ਨਹੀਂ ਅੱਜ ਤੱਕ ਕੋਈ FIR ਨਹੀਂ ਸੀ। ਉਹਨਾਂ ਨੇ ਹਿੰਦੂਆਂ ਦੀਆਂ ਕੁੜੀਆਂ ਵੀ ਵਸਾਈਆਂ ਹੈ, ਜਦੋਂ ਹਿੰਦੂ ਕੋਈ ਹੈਲਪ ਲੈਣ ਲਈ ਆਉਂਦੇ ਸੀ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਮੈਂ ਤੁਹਾਡੀ ਹੈਲਪ ਨਹੀਂ ਕਰਨੀ, ਕਦੇ ਵੀ ਉਹਨਾਂ ਨੇ ਕਦੀ ਇਹੋ ਜਿਹੀ ਗੱਲ ਨਹੀਂ ਕੀਤੀ। ਜ਼ਿੰਦਗੀ ਦੇ ਵਿੱਚ ਉਹਨਾਂ ਨੇ ਦੇਖੋ, ਬੰਦਾ ਕਦੀ ਨਾ ਕਦੀ ਤੈਸ਼ 'ਚ ਆ ਜਾਂਦਾ, ਉਹਨਾਂ ਨੇ ਇੱਕ ਵਾਰੀ ਗਲਤ ਬਿਆਨ ਦਿੱਤਾ ਸੀ ਆਪਣੀ ਜ਼ਿੰਦਗੀ ਦੇ ਵਿੱਚ, ਉਹਦੀ ਵੀ ਉਹਨਾਂ ਨੇ ਮਾਫ਼ੀ ਮੰਗ ਲਈ ਸੀ। ਉਹਨਾਂ ਨੇ ਕਹਿਤਾ ਸੀ ਵੀ ਮੇਰਾ ਇਹੋ ਜਿਹਾ ਕੋਈ ਇਰਾਦਾ ਨਹੀਂ ਸੀ, ਮੈਂ ਸਿਰਫ ਸਰਕਾਰ ਨੂੰ ਡਰਾਉਣ ਵਾਸਤੇ ਬਿਆਨ ਦਿੱਤਾ ਸੀ। ਬੰਦੀ ਸਿੰਘੋ ਕੀ ਬਾਤ ਆਪ ਉਠਾਤੇ ਆਏ ਹੈ, ਅੰਮ੍ਰਿਤਪਾਲ ਜੀ ਵੀ ਉਠਾਤੇ ਆਏ ਹੈ,
क्या लगता है आपको, जिस तरीके से अकाली दल भी हमेशा बंदिशों की बात रखते आया मगर केंद्र में कभी इसके ऊपर कोई बड़ा एक्शन लेते हुए नजर नहीं आया, अब आप पार्लियामेंट के पटल से बंदिशों की बात रखेंगे, रवनीत बिट्टू लगातार बंदिशों की रिहाई के खिलाफ हमेशा आवाज उठाते आए हैं, उनके दादाजी दुनिया से गए, वो हमेशा कहते हैं कि नई बंदिशों ने वो बड़ा जुर्म किया है, उन्होंने समाज के लिए गलत काम किए हैं, किस तरीके से देखते हैं? देखो जी, गलत काम तो सिंगा ने तो कदी कोई गलत काम नहीं किया। जेड़ा पंजाब दे विच दहशत दा माहौल सी, माहौल की सी, माहौल ए ता नहीं सी भी सिंह जेड़े संघर्षी योधे सी ओ लोकां नू फड़ फड़ के ता नहीं सी मारदे, पुलिस मारदी सी ना, दहशत ता पुलिस दी सी, सिंघां दी ता कोई दहशत नहीं सी, ਇਹ ਸਿਰਫ ਇਹਨਾਂ ਨੂੰ ਬਦਨਾਮ ਕਰਨ ਲਈ ਬਈ ਉਹ ਸਿੰਘ ਹੈਗੇ ਆ, ਸੰਘਰਸ਼ੀ ਯੋਧੇ ਹੈ, ਉਹਨਾਂ ਨੂੰ ਬਦਨਾਮ ਕਰਨ ਲਈ ਪੁਲਿਸ ਨੇ ਫੜ ਫੜ ਕੇ ਮਾਰਨੇ ਲੋਕੀ ਸ਼ੁਰੂ ਕਰਤੇ, ਬਲੇਮ ਉਹਨਾਂ ਤੇ ਲਾਤਾ, ਖਾੜਕੂਆਂ ਤੇ, ਸਿੰਘਾਂ ਤੇ, ਸੰਘਰਸ਼ੀ ਯੋਧਿਆਂ ਤੇ। ਚਾਹੇਗੇ ਕਿ ਮੌਕਾ ਮਿਲੇਗਾ ਤਾਂ ਸੰਸਦ ਕੇ ਪਟਲ ਪਰ ਉਨਕੀ ਆਵਾਜ਼ ਰੱਖੇਂਗੇ, ਉਨਕੀ ਰਿਹਾਈ ਕੀ ਮੰਗ ਕਰਤੇ ਨਜ਼ਰ ਆਏਗੇ? ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਕਰਨੀ ਹੈ ਉਹਨਾਂ ਦੀ ਰਿਹਾਈ ਦੀ ਗੱਲ, ਇਹ ਤਾਂ ਮਤਲਬ ਐਕਚੁਅਲੀ ਗੱਲ ਇਹ ਹੈ ਨਾ ਭਾਜੀ, ਕਿੰਨੀ ਕਿੰਨੀ ਤਾਂ ਦੇਰ ਹੋ ਗਈ ਸਜ਼ਾਵਾਂ ਪੂਰੀਆਂ ਹੋਈਆਂ ਨੂੰ, ਇਹਨਾਂ ਨੇ ਬੰਦੇ ਛੱਡ ਕੇ ਵੀ ਦੇਖ ਲਏ, ਜਿਹੜੇ ਵਿੱਚ ਬੰਦੇ ਸੀ ਉਹ ਇਹਨਾਂ ਨੇ ਰਿਲੀਜ਼ ਕਰਕੇ ਵੀ ਦੇਖ ਲਏ, ਕੋਈ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਇਆ। ਆਪਣੀ ਉਮਰ ਕਾਫੀ ਕਮ ਹੈ ਔਰ ਆਪ ਅਗਰ ਬਾਤ ਕਰੇ ਤਾਂ ਗੁਰਮੀਤ ਹੇਰ ਕੇ ਬਾਅਦ ਸ਼ਾਇਦ ਆਪ ਆਏਗੇ, ਉਹਨਾਂ ਸਾਰੇ ਸੀਨੀਅਰ ਐਮ ਪੀ ਹੈ, ਆਪਕੋ ਪਹਿਲਾ ਮੌਕਾ ਮਿਲਾ ਹੈ, ਆਪਣੇ ਪਰਿਵਾਰ ਸੇ ਕਈ ਲੋਕ ਐਮ ਪੀ ਰਹੇ, ਮਗਰ ਕਿਸ ਤਰੀਕੇ ਸੇ ਦੇਖਤੇ ਹੈ ਯੇ ਜੋ ਅਪਰਚੁਨਿਟੀ ਮਿਲੀ ਹੈ, ਕਭੀ ਆਪਣੇ ਸਾਥੀ ਸਾਂਸਦੋਂ ਸੇ ਆਪ ਮਿਲ ਰਹੇ ਹੈ, ਕੈਸੀ ਫੀਲਿੰਗ ਹੈ ਪਾਰਲੀਮੈਂਟ ਮੈਂ ਅਭੀ ਆਪਕੇ ਸਾਥ, ਸਭ ਆਪਸੇ ਪੋਜ਼ਿਟਿਵ ਮਿਲ ਰਹੇ ਹੈ ਦੋਸਤ? ਬਿਲਕੁਲ ਬਿਲਕੁਲ, ਮੇਰੇ ਸਾਰੇ ਹੀ ਅਭੀ ਤੱਕ ਪੋਜ਼ਿਟਿਵ ਮਿਲੇ ਹੈ। ਦੇਖੋ ਮੇਰੇ ਲਈ ਨਾ ਬਹੁਤ ਪ੍ਰਾਊਡ ਮੂਮੈਂਟ ਹੈ, ਮੇਰੇ ਔਰ ਮੇਰੇ ਫਾਦਰ ਸਾਹਿਬ ਕੇ ਲਈ। ਦੇਖੋ 40 ਸਾਲ ਹੋ ਗਏ ਉਹਨਾਂ ਨੇ ਬਦਲਾ ਲਿੱਤਾ ਸੀ ਦਰਬਾਰ ਸਾਹਿਬ ਦਾ, 40 ਸਾਲ ਬਾਅਦ ਵੀ ਉਹਨਾਂ ਦੇ ਬੇਟੇ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਸ਼ੋ ਕਰਦਾ ਏ ਬਈ ਜੋ ਉਹਨਾਂ ਨੇ ਕੀਤਾ ਸਹੀ ਕੀਤਾ, ਜਿਹਨੂੰ ਅੱਜ ਵੀ ਸਿੱਖ ਕੌਮ ਯਾਦ ਕਰਦੀ ਹੈ, ਇਹ ਸ਼ੋ ਕਰਦਾ ਵੀ ਜਿਹੜੇ ਕੁਰਬਾਨੀ ਕਰਦੇ ਆ ਕੌਮ ਵਾਸਤੇ ਉਹਨਾਂ ਦੇ ਪਰਿਵਾਰਾਂ ਦਾ ਵੀ ਸਿੱਖ ਕੌਮ ਉਹਨੇ ਰਿਗਾਰਡ ਕਰਦੀ ਹੈ। ਬਹੁਤ ਪਿਆਰ ਮਿਲਿਆ ਹੈ ਮੈਨੂੰ ਸਿੱਖ ਕੌਮ ਵੱਲੋਂ, ਅਤੇ ਇਸ ਤੋਂ ਵੱਡਾ ਤਾਂ ਕੀ ਹੋਊਗਾ ਵੀ ਮੈਨੂੰ 40 ਸਾਲ ਬਾਅਦ ਵੀ ਜਿਤਾ ਕੇ ਭੇਜਿਆ, ਅਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਪਾਰਲੀਮੈਂਟ ਦੇ ਵਿੱਚ। ਸਾਰਿਆਂ ਨੂੰ ਪਤਾ ਲੱਗਦਾ ਹੈ ਉੱਥੇ, ਵਰਕਰਸ ਨੂੰ ਵੀ ਈਵਨ ਪਤਾ ਹੈ ਨਾ, ਪਤਾ ਹੀ ਹੁੰਦਾ ਵੀ ਇਹ ਕੌਣ ਹੈ, ਸਭ ਨੂੰ ਪਤਾ ਵੀ ਇਹ ਬੇਅੰਤ ਸਿੰਘ ਦਾ ਮੁੰਡਾ, ਸ਼ਹੀਦ ਬੇਅੰਤ ਸਿੰਘ ਦਾ ਬੇਟਾ ਹੈ ਜਿਨ੍ਹਾਂ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ। ਜੇ ਲੋਕਾਂ ਨੇ ਅੱਜ ਮੈਨੂੰ ਜਿਤਾ ਕੇ ਭੇਜਿਆ, ਦਿਸ ਮੀਨਸ ਕਿ ਇਨ ਸਿੱਖ ਕਮਿਊਨਿਟੀ ਉਹ ਰਾਈਟ ਸੀਗੇ, ਰਾਈਟ ਹੈ, ਸੀਗੇ ਨਹੀਂ ਰਾਈਟ ਰਹਿਣਗੇ। 84 ਦੰਗੋਂ ਮੈਂ ਦਿੱਲੀ ਮੈਂ ਵੀ ਕਾਫੀ ਹਿੰਸਾ ਦੇਖਣੇ ਕੋ ਮਿਲੀ ਔਰ ਆਜ ਵੀ ਮੈਨੇ ਕਈ ਐਸੀ ਸਟੋਰੀਜ਼ ਕੀ ਹੈ ਜਿਸਮੇ ਆਜ ਵੀ ਕਈ ਲੋਕ ਹੈ ਜੋ ਵੀ ਇਨਸਾਫ ਕੀ ਮੰਗ ਕਰ ਰਹੇ ਹੈ, ਤੋ ਇਹ ਮੁੱਦਾ ਵੀ ਕਹੀਂ ਨਾ ਕਹੀਂ ਉਠਾਤੇ ਹੋਏ ਨਜ਼ਰ ਆਏਗੇ ਕਿਉਂਕਿ ਮੌਕਾ ਮਿਲੇਗਾ ਆਪਕੋ। ਬਿਲਕੁਲ ਜੀ, ਜਿਵੇਂ ਅਮਿਤਾਬ ਬੱਚਨ ਨੇ ਵੀ ਕਿਹਾ ਸੀ ਬਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ, ਇਹਨੇ ਵੀ ਉਤਸ਼ਾਹ ਦਿੱਤਾ ਸੀ ਲੋਕਾਂ ਨੂੰ ਦੰਗਿਆਂ ਵਾਸਤੇ। ਰਾਜੀਵ ਗਾਂਧੀ ਵੀ ਸਿੱਧਾ ਸਿੱਧਾ ਉਹ ਕਲਪ੍ਰਿਟ ਸੀਗਾ, ਅਤੇ ਜਿਹੜੇ
ਸੱਜਣ ਕੁਮਾਰ ਹੈ, ਉਹਦੀਆਂ ਕਈ ਵਾਰੀ ਵੀਡੀਓਜ਼ ਆ ਗਈਆਂ ਹੈ ਕਿ ਜੀ ਅਸੀਂ ਤਾਂ ਇੰਨੇ ਬੰਦੇ ਮਾਰਤੇ, ਇੰਨੇ ਮਾਰਤੇ। ਮਤਲਬ ਸਰਕਾਰ ਜਿਹੜੀ ਨਾ ਸਰਕਾਰ ਹੈ ਉਹ ਸਿੱਖਾਂ ਨੂੰ ਇਨਸਾਫ ਦੇਣ ਦੇ ਵਿੱਚ ਹਰ ਫਰੰਟ ਤੇ ਫੇਲ ਹੈ। ਸਰਬਜੀਤ ਸਿੰਘ ਜੀ, ਮੈਂ ਆਪਸੇ ਸਵਾਲ ਪੁੱਛਣਾ ਚਾਹੂੰਗਾ ਅੰਤ ਮੈਂ, ਕਿ ਆਪਨੇ ਸੰਵਿਧਾਨ ਕੀ ਸ਼ਪਥ ਲਈ ਸੰਸਦ ਕੇ ਪਟਲ ਮੇਂ, ਭਾਰਤ ਕੀ ਸੰਸਦ ਕੇ ਪਟਲ ਮੇਂ ਆਪ ਮੌਜੂਦ ਹੈ। ਆਪਕੇ ਯਹਾਂ ਸੇ ਵੀ, ਆਪਕੇ ਸੰਸਦੀਏ ਛੇਤਰ ਸੇ ਵੀ ਕਈ ਲੋਕ ਦੇਸ਼ ਭਾਵਨਾ, ਦੇਸ਼ ਪ੍ਰੇਮ ਰੱਖਤੇ ਹੈ, ਸੇਨਾ ਮੇਂ ਜਾਣਾ ਚਾਹਤੇ ਹੈ, ਆਰਮੀ ਮੇਂ ਜਾਣਾ ਚਾਹਤੇ ਹੈ। ਅਗਨੀਵੀਰ ਕਾ ਮੁੱਦਾ ਕਾਫੀ ਮਹੱਤਵਪੂਰਨ ਮੁੱਦਾ ਹੈ। ਆਪਣੇ ਛੇਤਰ ਕੇ ਯੁਵਾਓਂ ਕੇ ਲਈ ਇਹ ਮੰਗ ਰੱਖੇਂਗੇ ਆਪ ਕੇ ਅਗਨੀਵੀਰ ਕੋ ਹਟਾਇਆ ਜਾਏ, ਤਾਂ ਕਿ ਮੇਰੇ ਫਰੀਦਕੋਟ ਸੇ ਵੀ ਜੋ ਲੋਕ ਹੈ ਸੇਨਾ ਮੇਂ ਜਾਣਾ ਚਾਹਤੇ ਹੈ, ਦੇਸ਼ ਸੇਵਾ ਕਰਨਾ ਚਾਹਤੇ ਹੈ, ਵੋ ਕਰ ਸਕੇ? ਵੋ ਤੋ ਹੈ ਹੀ ਹੈ ਜੀ, ਵੋ ਮੇਰੇ ਖਿਆਲ 3 ਸਾਲ ਕੀ ਜੋਬ ਹੈ ਨਾ, ਨਹੀਂ ਵੋ ਤੋ ਕੋਈ ਮਾਇਨੇ ਨਹੀਂ ਰੱਖਦੀ ਗੱਲ ਜੀ, ਉਹ ਤਾਂ ਗਲਤ ਹੈ। ਨਹੀਂ ਕੁਛ ਨਹੀਂ ਹੈ, ਉਹ ਤਾਂ ਕੋਈ ਨਹੀਂ ਫਾਇਦਾ ਨਹੀਂ ਉਹਦਾ, ਜੋਬ ਦਾ ਹੀ ਬਿਲਕੁਲ 3 ਸਾਲ ਦੀ ਜੋਬ ਕੀ ਹੁੰਦੀ ਹੈ, ਕੁਛ ਵੀ ਨਹੀਂ ਹੈ। ਡਰੈਸ ਕਾ ਮੁੱਦਾ ਕਾਫੀ, ਇਹ ਕਾਫੀ ਬੜਾ ਮੁੱਦਾ ਹੈ, ਔਰ ਤਮਾਮ ਸਾਂਸਦ ਆਪਣੀ ਆਵਾਜ਼ ਉਠਾਤੇ ਰੱਖਤੇ ਹੈ, ਡਰੈਸ ਕੇ ਮੁੱਦੇ ਕੋ ਉਠਾਤੇ ਹੋਏ ਨਜ਼ਰ ਆਏਗੇ ਆਪ? ਓਬਵੀਅਸ ਹੈ ਜੀ, ਇਹ ਮੈਂ ਤੁਹਾਨੂੰ 4 ਮੁੱਦੇ ਦੱਸੇ ਤਾਂ ਹੈ ਜਿਹੜੇ ਮੇਨ ਹੈ, ਵਿੱਚ ਡਰੱਗਸ ਵੀ ਹੈ। ਡਰੱਗਸ ਦਾ ਤਾਂ ਬਹੁਤ ਬੁਰਾ ਹਾਲ ਹੈ ਐਕਚੁਲੀ ਨਾ, ਅਸੀਂ ਜਿਹੜੀਆਂ ਹੁਣ ਪਿੰਡ ਪਿੰਡ ਇਕਾਈ ਬਣਾਵਾਂਗੇ, ਜਿਸ ਜਿਵੇਂ ਆਪਾਂ ਜਿੱਤੇ ਹਾਂ ਪਾਰਲੀਮੈਂਟ ਹਲਕੇ ਦੇ, ਜਿੰਨੇ ਵੀ ਪਿੰਡ ਹੈ ਉਹਦੇ ਵਿੱਚ ਕਮੇਟੀ ਬਣਾਵਾਂਗੇ ਅਸੀਂ, ਉਹ ਜਿਹੜੀ ਕਮੇਟੀ ਹੋਏਗੀ ਉਹ ਡਰੱਗਸ ਦੇ ਖਿਲਾਫ਼ ਵੀ ਕੰਮ ਕਰੇਗੀ ਪਿੰਡ 'ਚ। ਇੱਕ ਸਵਾਲ ਜਾਤੇ ਜਾਤੇ ਰਾਜਨੀਤਿਕ ਸਵਾਲ ਪੁੱਛਣਾ ਚਾਹੂੰਗਾ ਆਪਸੇ, ਕਿ ਸੁਖਬੀਰ ਬਾਦਲ ਕੇ ਅਧਿਅਕਸ਼ ਪਦ ਕੋ ਲੇਕਰ ਕਾਫੀ ਸਵਾਲ ਉੱਠ ਰਹੇ ਹੈ, ਸੁਖਬੀਰ ਬਾਦਲ ਕੇ ਪਾਰਟੀ ਕੇ ਲੋਕ ਹੀ ਆਵਾਜ਼ ਉਠਾ ਰਹੇ ਹੈ, ਮਗਰ ਅਬ ਅਕਾਲ ਤਖ਼ਤ ਕੇ ਪਾਸ ਮਾਫ਼ੀਨਾਮਾ ਵੀ ਪਹੁੰਚ ਗਿਆ ਹੈ, ਕਈ ਚੀਜ਼ੇ ਹੋ ਰਹੀ ਹੈ, ਕਿਸ ਤਰੀਕੇ ਸੇ ਦੇਖਤੇ ਹੈ ਸੁਖਬੀਰ ਬਾਦਲ ਕੋ ਅਸਤੀਫ਼ਾ ਦੇ ਦੇਣਾ ਚਾਹੀਏ? ਦੇਖੋ ਜੀ, ਉਹਨਾਂ ਦੀ ਪਾਰਟੀ ਦੇ ਮੈਂਬਰ ਹੈ ਜਿਹੜੇ ਸੀਨੀਅਰ ਲੀਡਰ ਹੈ, ਉਹ ਹੀ ਨਹੀਂ ਸਮਝਦੇ ਵੀ ਸੁਖਬੀਰ ਬਾਦਲ ਕੇਪੇਬਲ ਹੈਗਾ ਇਹ ਪਾਰਟੀ ਚਲਾਉਣ ਦੇ, ਠੀਕ ਹੈ ਨਾ, ਉਹ ਹੀ ਨਹੀਂ ਉਹਨੂੰ ਯੋਗ ਸਮਝਦੇ ਤਾਂ, ਕਿਉਂਕਿ ਇਹ ਜਿਹੜਾ ਐਕਚੁਅਲੀ ਮੁੱਦਾ ਹੈ ਨਾ, ਇਹ ਸਡਨਲੀ ਨਹੀਂ ਹੋਇਆ, ਇਹਨੂੰ ਬਹੁਤ ਦੇਰ ਹੋ ਗਈ ਚੱਲਦੇ ਨੂੰ, ਕਈ ਸਾਲ ਹੋ ਗਏ ਬਈ ਇਹਨੂੰ ਲਾਇਆ ਜਾਏ। ਅਤੇ ਹੁਣ ਤੁਸੀਂ ਦੇਖ ਲਓ ਵੀ ਜੋ ਪਾਰਟੀ ਦੀ ਰਿਪੋਰਟ ਹੈ ਉਹ 0 ਹੈ, MLA ਵੀ ਇਹਨਾਂ ਦਾ 1 ਸੀ, ਕਿਉਂਕਿ ਜਿਹੜਾ ਉਹ MLA ਜਿੱਤਿਆ ਸੀ ਉਹ ਆਪਣੇ ਪਰਸਨਲ ਵਰਕਿੰਗ 'ਤੇ ਜਿੱਤਿਆ ਹੈ, ਮਤਲਬ ਉਹਦੀ ਜੋ ਸਮਾਜ ਨੂੰ ਦੇਣ ਹੈ ਉਹਦੇ ਕਰਕੇ ਉਹ ਜਿੱਤਿਆ, ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਸੀ, ਪਾਰਟੀ ਕਰਕੇ ਕੋਈ MLA ਨਹੀਂ ਜਿੱਤਿਆ, ਪਾਰਟੀ ਕਰਕੇ ਇੱਕ ਬੀਬੀ ਤੋਂ ਸਿਵਾਏ ਕੋਈ MP ਨਹੀਂ ਜਿੱਤਿਆ। ਇਹਦੇ ਨਾਲ ਇਹ ਹੁੰਦਾ ਵੀ ਰਿਪੋਰਟ ਕਾਰਡ ਬਹੁਤ ਮਾੜਾ ਆ ਰਿਹਾ, ਔਰ ਬਹੁਤ ਦੇਰ ਤੋਂ ਮਾੜਾ ਆ ਰਿਹਾ ਹੈ, ਹੁਣ ਤੋਂ ਨਹੀਂ ਹੈ, ਬਹੁਤ ਦੇਰ ਤੋਂ ਮਾੜਾ ਆ ਰਿਹਾ ਹੈ। ਅਤੇ ਬਾਕੀ ਮਰਜ਼ੀ ਤਾਂ ਸੁਖਬੀਰ ਸਿੰਘ ਬਾਦਲ ਜੀ ਦੀ ਹੈ ਵੀ ਦੇਣਾ ਹੈ ਦੇਣ, ਨਹੀਂ ਦੇਣਾ ਨਾ ਦੇਣ, ਉਹਨਾਂ ਦਾ ਇੰਟਰਨਲ ਮੈਟਰ ਹੈ, ਅਸੀਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ।